75 ਵਰਿਆਂ ਦੇ ਵਿੱਚ ਜਿੰਨਾ ਵਾਅਦਿਆਂ ਦੇ ਨਾਲ ਸਿੱਖ ਕੌਮ ਨੂੰ ਹਿੰਦੁਸਤਾਨ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਉਹ ਵਾਅਦੇ ਵਫਾ ਨਹੀਂ ਹੋਏ। 75 ਵਰਿਆਂ ਦੇ ਵਿੱਚ ਸਾਨੂੰ ਉਹ ਗਲੋ ਆਫ ਫਰੀਡਮ ਮਾਨਣ ਨੂੰ ਨਹੀਂ ਮਿਲੀ, ਉਹ ਨਿੱਘ ਨਹੀਂ ਮਿਲਿਆ ਜਿੰਨਾ ਵਾਅਦਿਆਂ ਦੇ ਨਾਲ ਅਸੀਂ ਆਏ ਸੀ, ਔਰ ਬਿਲਕੁਲ ਇਹਦੇ ਉਲਟ ਸਾਨੂੰ ਮਿਲੀਆਂ ਨੇ ਜੇਲ੍ਹਾਂ, ਜ਼ਾਤੀਆਂ, ਜ਼ੁਲਮ, ਪਾਣੀ ਸਾਡੇ ਲੁੱਟੇ ਜਾ ਰਹੇ ਨੇ। ਚੰਡੀਗੜ੍ਹ ਦੇ ਉੱਤੇ ਕੇਂਦਰ ਦੀ ਅੱਜ ਵੀ ਮੈਲੀ ਅੱਖ ਹੈ। ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਬੰਦੀ ਹਨ, ਬੇਅਦਬੀਆਂ ਹਰ ਥਾਂ ਹੋ ਰਹੀਆਂ ਨੇ, ਨਹੀਂ ਰੁਕਦੀਆਂ। ਬੈਬਲ ਅਤੇ ਬਰਗਾੜੀ ਕਾਂਡ ਦਾ ਜਿਹੜਾ ਇਨਸਾਫ ਹੈ ਉਹਦੇ ਨਾਲ ਹਰ ਧਿਰ ਨੇ ਖਿਲਵਾੜ ਕੀਤਾ ਹੈ, ਚਾਹੇ ਉਹ ਨੀਲੀ ਪੱਗ ਵਾਲੇ ਸੀ, ਚਾਹੇ ਉਹ ਚਿੱਟੀ ਪੱਗਾਂ ਵਾਲੇ ਸੀ ਅਤੇ ਚਾਹੇ ਹੁਣ ਬਸੰਤੀ ਵਾਲੇ ਨੇ। ਸੋ ਸਾਡੇ ਕੋਲ ਕੋਈ ਵੀ ਵਜ੍ਹਾ ਨਹੀਂ ਹੈ 15 ਅਗਸਤ ਦੇ ਜਸ਼ਨ ਮਨਾਉਣ ਦੀ ਜਾਂ ਉਹਦੇ ਵਿੱਚ ਹਿੱਸਾ ਲੈਣ ਦੀ ਜਾਂ ਕੋਈ ਖੁਸ਼ ਹੋਣ ਦੀ। ਸਾਡੇ ਲਈ ਇਹ ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ ਦੇ ਫਸਣ ਦਾ ਦਿਹਾੜਾ ਹੈ। ਸੋ ਅਸੀਂ ਉਸ ਦਿਨ 15 ਅਗਸਤ ਨੂੰ ਮੋਗੇ ਵਿਖੇ ਪ੍ਰੋਟੈਸਟ ਕਰਾਂਗੇ, ਸਾਡਾ ਪ੍ਰੋਟੈਸਟ ਮਾਰਚ ਹੋਏਗਾ ਮੋਗੇ 'ਚ। ਸਾਡੇ ਲਈ ਇਹ ਬਗਾਨਾ, ਔਰ ਇਸੇ ਕਰਕੇ ਅਸੀਂ ਉਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਸੱਦੇ ਦੇ ਮੁਕਾਬਲੇ ਹਰ ਘਰ ਨਿਸ਼ਾਨ ਸਾਹਿਬ, ਹਰ ਘਰ ਕੇਸਰੀ ਚੜ੍ਹਾਉਣ ਦਾ ਸੱਦਾ ਦਿੰਦੇ। ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਦਿੱਤੀ ਗਈ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ 1957 ਤੋਂ ਇੰਡੀਆ ਦੇਸ਼ ਆਜ਼ਾਦ ਹੋਇਆ, ਲੇਕਿਨ ਸਿੱਖਾਂ ਨੂੰ ਅੱਜ ਤੱਕ ਆਜ਼ਾਦੀ ਨਹੀਂ ਮਿਲੀ ਅਤੇ ਸਮੇਂ-ਸਮੇਂ ਦੀ ਸਰਕਾਰ ਵੱਲੋਂ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਵੀ ਕਰਵਾਇਆ ਜਾਂਦਾ ਹੈ। ਇਸ ਲਈ ਇਹ 15 ਅਗਸਤ ਸਿੱਖਾਂ ਲਈ ਆਜ਼ਾਦੀ ਦਿਹਾੜਾ ਨਹੀਂ ਹੈ, ਜਿਸ ਦੇ ਚੱਲਦੇ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 15 ਅਗਸਤ ਨੂੰ ਮੋਗਾ ਦੇ ਵਿੱਚ ਪ੍ਰੋਟੈਸਟ ਮਾਰਚ ਵੀ ਕੀਤਾ ਜਾਵੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਵਰਪਾਲ ਸਿੰਘ ਬਿੱਟੂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਭਾਰਤ ਦੇ ਲੋਕ 15 ਅਗਸਤ ਨੂੰ ਆਪਣੇ ਘਰਾਂ ਦੇ ਵਿੱਚ ਤਿਰੰਗੇ ਲਹਿਰਾਉਣ, ਜਿਸ ਦੇ ਬੋਲਦੇ ਉਹਨਾਂ ਨੇ ਕਿਹਾ ਕਿ ਅਸੀਂ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਅਤੇ ਅਸੀਂ 15 ਅਗਸਤ ਨੂੰ ਤਿਰੰਗੇ ਨਹੀਂ ਲਹਿਰਾਵਾਂਗੇ। ਅਸੀਂ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਘਰਾਂ ਦੇ ਉੱਪਰ ਕੇਸਰੀ ਝੰਡੇ ਲਹਿਰਾਉਣ ਅਤੇ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਉਹ ਆਪਣੇ ਆਪਣੇ ਧਰਮਾਂ ਦੇ ਝੰਡੇ ਨੂੰ ਆਪਣੇ ਘਰ ਦੇ ਉੱਪਰ ਲਹਿਰਾਉਣ। ਇਸ ਮੌਕੇ ਉੱਤੇ ਉਹਨਾਂ ਵੱਲੋਂ ਹੋਰ ਕੀ ਕਿਹਾ ਜਾਂਦਾ ਹੈ ਉਹ ਤੁਸੀਂ ਆਪ ਸੁਣ ਲਵੋ। ਪ੍ਰੈਸ ਕਾਨਫਰੰਸ ਸੱਦਣ ਦਾ ਮੁੱਖ ਮਕਸਦ ਦੋ ਪ੍ਰਮੁੱਖ ਮੁੱਦੇ ਹਨ। ਹਿੰਦੁਸਤਾਨ ਦਾ 75ਵਾਂ ਇੰਡੀਪੈਂਡੈਂਸ ਡੇ 15 ਅਗਸਤ ਨੂੰ ਆ ਰਿਹਾ ਔਰ ਪੂਰਾ ਹਿੰਦੁਸਤਾਨ ਇਸ ਸੈਲੀਬ੍ਰੇਸ਼ਨ ਦੇ ਵਿੱਚ ਜੁਟਿਆ ਹੋਇਆ। ਦੂਸਰਾ ਮੁੱਦਾ ਹੈ ਨਰਿੰਦਰ ਮੋਦੀ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਹਨ, ਉਹਨਾਂ ਨੇ 75 ਵਰਿਆਂ ਬਾਅਦ ਹਿੰਦੁਸਤਾਨ ਦੇ ਕਿਸੇ ਪ੍ਰਧਾਨ ਮੰਤਰੀ ਨੇ ਇੱਕ ਨਾਰਾ ਦਿੱਤਾ ਹੈ, ਇੱਕ ਸੱਦਾ ਦਿੱਤਾ ਹੈ, ਹਰ ਘਰ ਤਿਰੰਗਾ। ਅਸੀਂ ਇਹਨਾਂ ਦੋਨਾਂ ਮੁੱਦਿਆਂ 'ਤੇ ਅੱਜ ਪ੍ਰੈਸ ਕਾਨਫਰੰਸ ਬੁਲਾਈ ਹੈ। ਦੋਨਾਂ ਪਾਰਟੀਆਂ ਦੀ ਇੱਕ ਸਾਂਝੀ ਜੋ ਰਾਏ ਹੈ, ਜੋ ਫੈਸਲੇ ਨੇ, ਜੋ ਪ੍ਰੋਗਰਾਮ ਨੇ, ਉਹ ਤੁਹਾਡੇ ਸਾਹਮਣੇ ਰੱਖੇ ਜਾਣਗੇ। 75 ਵਰਿਆਂ ਦੇ ਵਿੱਚ ਜਿੰਨਾ ਵਾਅਦਿਆਂ ਦੇ ਨਾਲ ਸਿੱਖ ਕੌਮ ਨੂੰ ਹਿੰਦੁਸਤਾਨ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਉਹ ਵਾਅਦੇ ਵਫਾ ਨਹੀਂ ਹੋਏ। ਇੰਡੀਅਨ ਲੀਡਰਸ਼ਿਪ ਨੇ ਬਿਟਰੇ ਕੀਤਾ ਅਤੇ ਅਸੀਂ ਸਿੱਖ ਜਿਹੜੇ ਨੇ ਉਹ ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ ਦੇ ਵਿੱਚ ਆ ਫਸੇ। 75 ਵਰਿਆਂ ਦੇ ਵਿੱਚ ਸਾਨੂੰ ਉਹ ਗਲੋ ਆਫ ਫਰੀਡਮ ਮਾਨਣ ਨੂੰ ਨਹੀਂ ਮਿਲੀ, ਉਹ ਨਿੱਘ ਨਹੀਂ ਮਿਲਿਆ ਜਿੰਨਾ ਵਾਅਦਿਆਂ ਦੇ ਨਾਲ ਅਸੀਂ ਆਏ ਸੀ, ਔਰ ਬਿਲਕੁਲ ਇਹਦੇ ਉਲਟ ਸਾਨੂੰ ਮਿਲੀਆਂ ਨੇ ਜੇਲ੍ਹਾਂ, ਜ਼ਾਤੀਆਂ, ਜ਼ੁਲਮ ਅਤੇ ਫਾਂਸੀਆਂ। ਪਾਣੀ ਸਾਡੇ ਲੁੱਟੇ ਜਾ ਰਹੇ ਨੇ। ਚੰਡੀਗੜ੍ਹ ਦੇ ਉੱਤੇ ਕੇਂਦਰ ਦੀ ਅੱਜ ਵੀ ਮੈਲੀ ਅੱਖ ਹੈ। ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਬੰਦੀ ਹਨ, ਬੇਅਦਬੀਆਂ ਹਰ ਥਾਂ ਹੋ ਰਹੀਆਂ ਨੇ, ਨਹੀਂ ਰੁਕਦੀਆਂ। ਸਭ ਤੋਂ ਵੱਡੀ ਬੇਅਦਬੀ ਦਰਬਾਰ ਸਾਹਿਬ ਹੋਈ 1 ਦਸੰਬਰ ਦੇ ਵਿੱਚ। ਬੈਬਲ ਅਤੇ ਬਰਗਾੜੀ ਕਾਂਡ ਦਾ ਜਿਹੜਾ ਇਨਸਾਫ ਹੈ ਉਹਦੇ ਨਾਲ ਹਰ ਧਿਰ ਨੇ ਖਿਲਵਾੜ ਕੀਤਾ, ਚਾਹੇ ਉਹ ਨੀਲੀ ਪੱਗ ਵਾਲੇ ਸੀ, ਚਾਹੇ ਉਹ ਚਿੱਟੀ ਪੱਗਾਂ ਵਾਲੇ ਸੀ ਅਤੇ ਚਾਹੇ ਹੁਣ ਬਸੰਤੀ ਵਾਲੇ ਨੇ। ਸੋ ਸਾਡੇ ਕੋਲ ਕੋਈ ਵੀ ਵਜ੍ਹਾ ਨਹੀਂ ਹੈ 15 ਅਗਸਤ
ਦੇ ਜਸ਼ਨ ਮਨਾਉਣ ਦੀ ਜਾਂ ਉਹਦੇ ਵਿੱਚ ਹਿੱਸਾ ਲੈਣ ਦੀ ਜਾਂ ਕੋਈ ਖੁਸ਼ ਹੋਣ ਦੀ। ਸੋ ਸਾਡੇ ਲਈ ਇਹ ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ ਦੇ ਫਸਣ ਦਾ ਦਿਹਾੜਾ ਹੈ। ਸੋ ਅਸੀਂ ਉਸ ਦਿਨ 15 ਅਗਸਤ ਨੂੰ ਮੋਗੇ ਵਿਖੇ ਪ੍ਰੋਟੈਸਟ ਕਰਾਂਗੇ। ਸਾਡਾ ਪ੍ਰੋਟੈਸਟ ਮਾਰਚ ਹੋਏਗਾ ਮੋਗੇ 'ਚ। ਬੀਬੀ ਕਾਨ ਕੌਰ ਗੁਰਦੁਆਰੇ ਤੋਂ ਚੱਲ ਕੇ ਅਸੀਂ ਸਾਰੇ ਸ਼ਹਿਰ 'ਚ ਹੁੰਦੇ ਹੋਏ ਬੱਸ ਸਟੈਂਡ ਜਾ ਕੇ ਸਮਾਪਤ ਕਰਾਂਗੇ। ਉਸ ਤੋਂ ਇੱਕ ਦਿਨ ਪਹਿਲਾਂ 14 ਨੂੰ ਸਾਡੀ ਜਲੰਧਰ ਦੇ ਵਿੱਚ ਕਾਨਫਰੰਸ ਹੈ, ਜਿਹੜੀ ਸਾਡੀ ਸਿੱਖਾਂ ਦੀ ਦਲਿਤ ਸਮਾਜ ਬਾਮ ਸੇਬ ਜਿਹੜੇ ਮੂਲ ਨਿਵਾਸੀ ਨੇ, ਜਿਹੜਾ ਸਹੀ ਉਹਨਾਂ ਦਾ ਅਰਥ ਹੈ ਮੂਲ ਨਿਵਾਸੀ, ਅਤੇ ਮੁਸਲਿਮ ਸਮਾਜ ਦੇ ਨੁਮਾਇੰਦੇ ਪ੍ਰਤੀਨਿਧ ਰਲ ਕੇ ਅਸੀਂ ਜਲੰਧਰ ਦੇ ਵਿੱਚ ਕਾਨਫਰੰਸ ਕਰ ਰਹੇ ਹਾਂ। ਔਰ ਪੰਜਾਬ ਦੇ ਨਾਲ ਜੁੜੇ ਹੋਏ ਹਰ ਮੁੱਦੇ ਜਿਹੜੇ ਮੈਂ ਪਹਿਲਾਂ ਵੀ ਵਿਚਾਰੇ ਨੇ, ਉਹ ਤਕਰੀਬਨ ਬਹੁਤ ਸਾਰੇ ਮੁੱਦੇ ਪੰਜਾਬ ਦੇ ਨਾਲ ਹੀ ਜੁੜੇ ਨੇ। ਪੰਜਾਬ ਹੀ ਇੱਕ ਐਸੀ ਸਟੇਟ ਹੈ ਜਿਹਨੂੰ ਹਿੰਦੁਸਤਾਨ ਆਪਣੀ ਬਸਤੀ ਆਪਣੀ ਕਲੋਨੀ ਵਾਂਗ ਉਹਦੇ ਨਾਲ ਵਿਹਾਰ ਕਰ ਰਿਹਾ। ਸੋ ਜਦੋਂ ਇੱਕ ਕਲੋਨੀ ਬਣਾ ਕੇ ਰੱਖਿਆ ਜਾਂਦਾ, ਜਬਰੀ ਰੱਖਿਆ ਜਾਂਦਾ, ਤਾਂ ਉਹਦੇ ਨਾਲ ਵਿਤਕਰੇ ਹੀ ਹੁੰਦੇ ਨੇ, ਜ਼ਾਤੀਆਂ ਹੀ ਹੁੰਦੇ ਨੇ, ਉੱਥੇ ਜ਼ੁਲਮ ਹੀ ਹੁੰਦੇ ਨੇ। ਸੋ 14 ਤਰੀਕ ਅਸੀਂ ਜਲੰਧਰ ਸਾਡੀ ਪਹਿਲਾਂ ਕਾਨਫਰੰਸ ਹੋਏਗੀ, 15 ਤਰੀਕ ਸਾਡਾ ਪ੍ਰੋਟੈਸਟ ਹੋਏਗਾ। ਰਹੀ ਗੱਲ ਨਰਿੰਦਰ ਮੋਦੀ ਦੇ ਸੱਦੇ ਦੀ, ਬਹੁਤ ਸਾਰੇ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਲੋਕ ਇਸ ਗੱਲ ਲਈ ਹੈਰਾਨ ਹੋਣਗੇ ਕਿ ਅਸੀਂ ਇਸ ਦਾ ਵਿਰੋਧ ਕਿਉਂ ਕਰ ਰਹੇ ਹਾਂ। ਅਸੀਂ ਵਿਰੋਧ ਕਰ ਰਹੇ ਹਾਂ ਜੋ ਪ੍ਰਧਾਨ ਮੰਤਰੀ ਨੇ ਕਿਹਾ, ਅਸੀਂ ਅਪੋਜ਼ ਕਰਦੇ ਹਾਂ, ਕਿਉਂਕਿ ਇਹ ਅਖੌਤੀ ਰਾਸ਼ਟਰਵਾਦ ਤਿਰੰਗੇ ਦੀ ਆੜ ਹੇਠ ਸਾਡੇ ਉੱਤੇ ਥੋਪਿਆ ਜਾ ਰਿਹਾ, ਸਾਡੇ ਘਰਾਂ 'ਚ ਵਾੜਿਆ ਜਾ ਰਿਹਾ। ਜਿਸ ਤਿਰੰਗੇ ਦੀ ਛਤਰ ਛਾਇਆ ਹੇਠ ਪਿਛਲੇ 40 ਸਾਲਾਂ ਤੋਂ ਸੁਰੱਖਿਆ ਦਸਤੇ ਪੰਜਾਬ ਦੀ ਨੌਜਵਾਨੀ ਦਾ ਘਾਨ ਕਰਦੇ ਆ ਰਹੇ ਨੇ, ਉਹ ਸਾਡੇ ਘਰਾਂ 'ਤੇ ਨਹੀਂ ਝੂਲ ਸਕਦਾ। ਸਾਨੂੰ ਹਿੰਦੁਸਤਾਨੀਆਂ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ, ਕੋਈ ਸਾਡਾ ਪਿਆਰ ਹੈ, ਅਸੀਂ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ। ਜਿਹੜੇ ਲੋਕ ਇਹ ਸੋਚਦੇ ਨੇ, ਸਮਝਦੇ ਨੇ, ਔਰ ਜਿਹੜੇ ਆਜ਼ਾਦੀ ਦਾ ਨਿੱਘ ਮਾਣ ਰਹੇ ਨੇ, ਉਹ ਚੜ੍ਹਾ ਲੈਣ, ਉਹ ਮਾਣ ਲੈਣ ਆਜ਼ਾਦੀ, ਉਹ ਮਨਾ ਲੈਣ ਖੁਸ਼ੀਆਂ, ਪਰ ਸਾਡੇ ਲਈ ਇਹ ਖੁਸ਼ੀ ਦਾ ਦਿਹਾੜਾ ਨਹੀਂ ਹੈ। ਸੋ ਅਸੀਂ ਇਹਨੂੰ ਆਪਣੇ ਘਰਾਂ ਦੇ ਵਿੱਚ ਨਹੀਂ ਵਾੜਾਂ। ਸਾਡੇ ਲਈ ਇਹ ਬੇਗਾਨਾ ਹੈ, ਔਰ ਇਸੇ ਕਰਕੇ ਅਸੀਂ ਉਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਸੱਦੇ ਦੇ ਮੁਕਾਬਲੇ ਹਰ ਘਰ ਨਿਸ਼ਾਨ ਸਾਹਿਬ, ਹਰ ਘਰ ਕੇਸਰੀ ਚੜ੍ਹਾਉਣ ਦਾ ਸੱਦਾ ਦਿੰਦੇ, ਪੰਜਾਬ ਦੇ ਲੋਕਾਂ ਨੂੰ ਕਹਿ ਰਹੇ ਹਾਂ, ਸਿੱਖ ਆਵਾਮ ਨੂੰ ਕਹਿ ਰਹੇ ਹਾਂ। ਔਰ ਕਿਉਂਕਿ ਨਿਸ਼ਾਨ ਸਾਹਿਬ ਸਿੱਖਾਂ ਦਾ ਧਾਰਮਿਕ ਨਿਸ਼ਾਨ ਹੈ, ਬਹੁਤ ਸਾਰੇ ਕਾਮਰੇਡ ਨੇ, ਉਹਨਾਂ ਨੂੰ ਪ੍ਰੋਬਲਮ ਵੀ ਹੋ ਸਕਦੀ ਹੈ ਨਿਸ਼ਾਨ ਸਾਹਿਬ ਤੋਂ, ਜਿਹੜੇ ਆਸਥਾ ਹੀ ਨਹੀਂ ਰੱਖਦੇ ਪਰਮਾਤਮਾ ਦੇ ਵਿੱਚ, ਕਿਸੇ ਵੀ ਪਰਮਾਤਮਾ 'ਚ ਆਸਥਾ ਨਹੀਂ ਰੱਖਦੇ, ਉਹਨਾਂ ਨੂੰ ਪ੍ਰੋਬਲਮ ਹੋ ਸਕਦੀ ਹੈ। ਸੋ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਯੂਨੀਅਨ ਵਾਲੇ ਜਾਂ ਜਿਨ੍ਹਾਂ 'ਚ ਤੁਹਾਡੀ ਆਸਥਾ, ਤੁਸੀਂ ਉਹ ਚੜ੍ਹਾ ਲਓ, ਪਰ ਤਿਰੰਗਾ ਨਹੀਂ। ਮੁਸਲਮਾਨ ਵੀਰ ਆਪਣਾ ਹਰਾ ਚੜ੍ਹਾ ਲੈਣ, ਹਿੰਦੂ ਵੀਰ ਆਪਣਾ ਭਗਵਾਨ ਚੜ੍ਹਾ ਲੈਣ, ਜਿਹੜੇ ਉਹ ਹੈਗੇ ਨੇ ਆਪਣਾ ਕਾਮਰੇਡ, ਉਹਨਾਂ ਦਾ ਚਿੱਟਾ ਹੈਗਾ ਉਹ ਚੜ੍ਹਾ ਲੈਣ, ਪ੍ਰੋਬਲਮ ਤਿਰੰਗੇ ਨਾਲ। ਕਿਉਂ ਹੈ? ਕਿਉਂਕਿ ਨਰਿੰਦਰ ਮੋਦੀ ਇੱਕ ਐਗਰੈਸਿਵ ਤਰੀਕੇ ਦੇ ਨਾਲ ਇਹ ਅਖੌਤੀ ਰਾਸ਼ਟਰਵਾਦ ਸਾਡੇ ਘਰਾਂ ਦੇ ਵਿੱਚ ਵਾੜ ਰਹੇ ਨੇ। ਪਹਿਲਾਂ ਇਹਨਾਂ ਨੇ ਹਿੰਦੂ ਰਾਸ਼ਟਰ ਦਾ ਏਜੰਡਾ ਅਪਣਾਇਆ, ਜਦੋਂ ਉਹ ਕਾਮਯਾਬ ਨਹੀਂ ਹੋਏ ਮਿਨੋਰਟੀਜ਼ ਨੂੰ ਆਪਣੇ ਗਲਬੇ ਹੇਠ ਲੈਣ ਲਈ, ਫਿਰ ਉਹਨਾਂ ਨੇ ਭਾਰਤੀਅਤਾ ਦਾ, ਇੰਡੀਅਨਨੈਸ ਦਾ ਇਹ ਬੁਰਕਾ ਪਾਇਆ, ਔਰ ਤਿਰੰਗੇ ਰਾਹੀਂ ਹੁਣ ਸਾਡੇ ਘਰਾਂ 'ਚ ਆਉਣ ਲੱਗੇ। ਸੋ ਸਾਨੂੰ ਉਹਨਾਂ ਲੋਕਾਂ ਤੋਂ ਕੋਈ ਪ੍ਰੋਬਲਮ ਨਹੀਂ ਹੈ ਜਿਨ੍ਹਾਂ ਦੇ ਲਈ ਇਹ ਆਜ਼ਾਦੀ ਦਿਹਾੜਾ, ਉਹ ਆਪਣਾ ਦਿਨ ਮਨਾਉਣ, ਆਪਣੀ ਆਸਥਾ ਅਨੁਸਾਰ ਮਨਾਉਣ, ਪਰ ਸਾਡੇ ਲਈ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਅਪੀਲ ਕਰਾਂਗੇ ਕਿ ਉਹ ਵੀ ਸੱਦਾ ਦੇ ਸਿੱਖਾਂ ਨੂੰ ਕਿ 15 ਨੂੰ 14 ਨੂੰ ਕੇਸਰੀ ਨਿਸ਼ਾਨ ਸਾਹਿਬ ਚਲਾਇਆ ਜਾਵੇ, ਹਰ ਸਿੱਖ ਚਲਾਏ, ਔਰ ਸ਼੍ਰੋਮਣੀ ਕਮੇਟੀ ਨਿਸ਼ਾਨ ਸਾਹਿਬ ਮੁਹੱਈਆ ਵੀ ਕਰੇ ਸਭ ਨੂੰ। ਅਸੀਂ ਕਰਾਂਗੇ, ਜਿਹੜਾ ਸਾਡੇ ਤੱਕ ਪਹੁੰਚ ਕਰੇਗਾ ਅਸੀਂ ਨਿਸ਼ਾਨ ਸਾਹਿਬ ਉਹਨਾਂ ਨੂੰ ਫਲੈਗ, ਜਿਹੜਾ ਝੰਡਾ ਮੁਹੱਈਆ ਕਰਾਵਾਂਗੇ। ਅਸੀਂ ਵੀ ਇਹ ਝੰਡੇ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ ਤੁਹਾਡੇ ਮਾਧਿਅਮ ਰਾਹੀਂ। ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਜਿਨ੍ਹਾਂ ਨੂੰ ਨਿਸ਼ਾਨ ਸਾਹਿਬ ਚਾਹੀਦਾ,
ਉਹ ਸਾਡੇ ਕੋਲੋਂ ਅਕਾਲੀ ਦਲ ਅੰਮ੍ਰਿਤਸਰ ਕੋਲੋਂ ਮਾਨ ਸਾਹਿਬ ਕੋਲੋਂ ਕਿਸੇ ਨੂੰ ਵੀ ਇਹਨਾਂ ਦੀ ਪਾਰਟੀ ਦੇ ਆਫਿਸ 'ਚ ਵੀ ਅਪਰੋਚ ਕਰ ਸਕਦੇ ਨੇ। ਅੰਮ੍ਰਿਤਸਰ ਤੋਂ ਜਸਕਰਨ ਸਿੰਘ ਦੀ ਰਿਪੋਰਟ, ਦਾ ਪਬਲਿਕ ਟਾਈਮਸ।